ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਅਰਬੀ ਦੀ ਬਹੁਤ ਜ਼ਿਆਦਾ ਟੇਸਟੀ ਰਸੇਦਾਰ ਸਬਜ਼ੀ ਅਰਬੀ ਦੀ ਸਬਜ਼ੀ ਆਪਾਂ ਬਹੁਤ ਜ਼ਿਆਦਾ ਤਰੀ ਵਾਲੀ ਨਹੀਂ ਬਣਾਵਾਂਗੇ ਆਪਾਂ ਬਸ ਗਾੜੀ ਜਿਹੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਮਜ਼ੇਦਾਰ ਲੱਗਦੀ ਹੈ ਇਹ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸਬਜ਼ੀ ਬਣਾ ਲਈ ਤਾਂ ਹਮੇਸ਼ਾ ਇਸੇ ਤਰ੍ਹਾਂ ਹੀ ਬਣਾਓਗੇ ਬਹੁਤ ਹੀ ਮਜ਼ੇਦਾਰ ਬਣਦੀ ਹੈ ਅਤੇ ਅਰਬੀ ਦੀ ਇਸ ਰਸੇਦਾਰ ਸਬਜ਼ੀ ਨੂੰ ਤੁਸੀਂ ਰੋਟੀ ਪਰਾਂਠੇ ਪੂੜੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬਹੁਤ ਹੀ ਮਜ਼ੇਦਾਰ ਲੱਗਦੀ ਹੈ ਜੇਕਰ ਤੁਸੀਂ ਵੀ ਗਰਮੀ ਦੀਆਂ ਸੁੱਕੀਆਂ ਸਬਜ਼ੀਆਂ ਖਾ ਖਾ ਕੇ ਬੋਰ ਹੋ ਗਏ ਹੋ ਤਾਂ ਇੱਕ ਵਾਰੀ ਮੇਰੇ ਤਰੀਕੇ ਨਾਲ ਰਸੇਦਾਰ ਅਰਬੀ ਜ਼ਰੂਰ ਟਰਾਈ ਕਰਨਾ ਤੁਹਾਨੂੰ ਸਬਜ਼ੀ ਖਾਣ ਦਾ ਬਹੁਤ ਜ਼ਿਆਦਾ ਮਜ਼ਾ ਆਏਗਾ ਤਾਂ ਤੁਸੀਂ ਉਂਗਲੀਆਂ ਚੱਟਣ ਵਾਸਤੇ ਮਜਬੂਰ ਹੋ ਜਾਓਗੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਅਰਬੀ ਦੀ ਰਸੇਦਾਰ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 800 ਗ੍ਰਾਮ ਅਰਬੀ ਲਈ ਹੈ ਅਤੇ ਅਰਬੀ ਜਿਹੜੀ ਗੰਢਾਂ ਵਾਲੀ ਹੁੰਦੀ ਹੈ ਉਹ ਆਪਾਂ ਬਿਲਕੁਲ ਯੂਜ਼ ਨਹੀਂ ਕਰਨੀ ਇਸ ਤਰੀਕੇ ਨਾਲ ਆਪਾਂ ਸਾਫ਼ ਸਾਫ਼ ਅਰਬੀ ਲੈ ਕੇ ਸਬਜ਼ੀ ਬਣਾਵਾਂਗੇ ਅਤੇ ਹੁਣ ਆਪਾਂ ਇਸਦਾ ਛਿਲਕਾ ਉਤਾਰ ਲਵਾਂਗੇ ਅਰਬੀ ਨੂੰ ਛਿਲਦੇ ਜਾਂ ਕੱਟਦੇ ਟਾਈਮ ਤੁਹਾਡੇ ਹੱਥਾਂ ਉੱਪਰ ਖਾਰਸ਼ ਆਉਂਦੀ ਹੈ ਤੁਸੀਂ ਹੱਥਾਂ ਉੱਪਰ ਸਰੋਂ ਦਾ ਤੇਲ ਲਗਾ ਕੇ ਹੀ ਅਰਬੀ ਨੂੰ ਛਿਲਿਓ ਇਸ ਤਰੀਕੇ ਨਾਲ ਖਾਰਸ਼ ਬਿਲਕੁਲ ਨਹੀਂ ਆਏਗੀ ਅਤੇ ਅਰਬੀ ਦਾ ਛਿਲਕਾ ਆਪਾਂ ਨਾਈਫ ਨਾਲ ਵੀ ਉਤਾਰ ਸਕਦੇ ਹਾਂ ਜਾਂ ਫਿਰ ਆਪਾਂ ਪਿੱਲਰ ਨਾਲ ਵੀ ਇਹਦਾ ਛਿਲਕਾ ਉਤਾਰ ਸਕਦੇ ਹਾਂ ਬਹੁਤ ਹੀ ਆਸਾਨੀ ਨਾਲ ਇਹ ਛਿਲਕਾ ਉਤਰ ਜਾਂਦਾ ਹੈ ਅਤੇ ਸਾਰੀ ਅਰਬੀ ਆਪਾਂ ਇਸੇ ਤਰੀਕੇ ਨਾਲ ਛਿਲਕੇ ਤਿਆਰ ਕਰ ਲਵਾਂਗੇ ਅਤੇ ਸਾਰੀ ਅਰਬੀ ਦੇ ਛਿਲਕੇ ਮੈਂ ਉਤਾਰ ਕੇ ਰੱਖ ਲਏ ਹਨ ਅਰਬੀ ਨੂੰ ਆਪਾਂ ਹਾਲੇ ਵਾਸ਼ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰਾਂਗੇ ਹੱਥਾਂ ਨੂੰ ਮੈਂ ਸਰੋਂ ਦਾ ਤੇਲ ਲਗਾ ਲਿਆ ਹੈ ਇਸ ਤਰੀਕੇ ਦੇ ਨਾਲ ਅਤੇ ਹੁਣ ਆਪਾਂ ਅਰਬੀ ਦੇ ਪੀਸ ਕੱਟ ਲਵਾਂਗੇ ਅਰਬੀ ਆਪਾਂ ਰਸੇਦਾਰ ਬਣਾ ਰਹੇ ਹਾਂ ਇਸ ਕਰਕੇ ਆਪਾਂ ਅਰਬੀ ਨੂੰ ਬਹੁਤ ਜ਼ਿਆਦਾ ਪਤਲਾ ਨਹੀਂ ਕੱਟਾਂਗੇ ਆਪਾਂ ਮੀਡੀਅਮ ਜਿਹੇ ਸਾਈਜ਼ ਦੇ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਅਰਬੀ ਨੂੰ ਹਾਲੇ ਮੈਂ ਇਸ ਕਰਕੇ ਵਾਸ਼ ਨਹੀਂ ਕੀਤਾ ਕਿਉਂਕਿ ਜਦੋਂ ਅਰਬੀ ਨੂੰ ਵਾਸ਼ ਕਰਕੇ ਕੱਟਿਆ ਜਾਂਦਾ ਹੈ ਤਾਂ ਹੱਥਾਂ ਵਿੱਚ ਬਹੁਤ ਜ਼ਿਆਦਾ ਤਿਲਕਦੀ ਹੈ ਜਿਹੜੀ ਕੱਟਣੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਇਸ ਕਰਕੇ ਆਪਾਂ ਪਹਿਲਾਂ ਹੀ ਇਹਨੂੰ ਕੱਟ ਕੇ ਅਤੇ ਫਿਰ ਆਪਾਂ ਵਾਸ਼ ਕਰਾਂਗੇ ਹੁਣ ਮੈਂ ਸਾਰੀ ਅਰਬੀ ਕੱਟ ਕੇ ਰੱਖ ਲਈ ਹੈ ਤਾਂ ਅਰਬੀ ਨੂੰ ਆਪਾਂ 5 ਤੋਂ 6 ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਵਾਸ਼ ਕਰਾਂਗੇ ਆਪਾਂ ਇਹਨੂੰ ਖੁੱਲ੍ਹੇ ਭਾਂਡੇ ਵਿੱਚ ਪਾ ਕੇ ਵਾਸ਼ ਕਰਨਾ ਹੈ ਉਦੋਂ ਤੱਕ ਵਾਸ਼ ਕਰਨਾ ਹੈ ਜਦੋਂ ਤੱਕ ਕਿ ਸਾਰਾ ਇਹਦੀ ਜਿਹੜੀ ਚਿਕਨਾਹਟ ਹੈ ਉਹ ਨਿਕਲ ਨਹੀਂ ਜਾਂਦੀ ਅਰਬੀ ਨੂੰ ਮੈਂ 5 ਤੋਂ 6 ਵਾਰ ਖੁੱਲ੍ਹੇ ਪਾਣੀ ਵਿੱਚ ਪਾ ਕੇ ਵਾਸ਼ ਕੀਤਾ ਹੈ ਅਰਬੀ ਆਪਾਂ ਬਿਲਕੁਲ ਸਾਫ਼ ਕਰ ਲਈ ਹੈ ਇਹਨੂੰ ਆਪਾਂ ਇੱਕ ਸਾਫ਼ ਕੱਪੜੇ ਉੱਪਰ ਪਾ ਕੇ ਚੰਗੀ ਤਰ੍ਹਾਂ ਮਲ ਮਲ ਕੇ ਇਸ ਤਰੀਕੇ ਨਾਲ ਸੁਕਾ ਲਵਾਂਗੇ ਅਰਬੀ ਨੂੰ ਆਪਾਂ ਸੁਕਾ ਕੇ ਹੀ ਬਣਾਵਾਂਗੇ ਕਿਉਂਕਿ ਅਰਬੀ ਨੂੰ ਆਪਾਂ ਪਹਿਲਾਂ ਹਲਕਾ ਜਿਹਾ ਫਰਾਈ ਕਰਨਾ ਹੈ ਚੰਗੀ ਤਰ੍ਹਾਂ ਮਲ ਮਲ ਕੇ ਆਪਾਂ ਕੱਪੜੇ ਨਾਲ ਇਹਨੂੰ ਸਾਫ਼ ਕਰ ਲਵਾਂਗੇ ਇੱਕਦਮ ਆਪਾਂ ਡਰਾਈ ਜਿਹੀ ਅਰਬੀ ਕਰ ਲਵਾਂਗੇ ਅਰਬੀ ਨੂੰ ਮੈਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਸਾਫ਼ ਕਰ ਲਿਆ ਹੈ ਕੱਪੜੇ ਨਾਲ ਆਪਾਂ ਮਲ ਮਲ ਕੇ ਸਾਫ਼ ਕੀਤਾ ਹੈ ਅਰਬੀ ਬਿਲਕੁਲ ਆਪਾਂ ਸੁਕਾ ਲਈ ਹੈ ਹੁਣ ਅਰਬੀ ਨੂੰ ਪਾ ਕੇ ਮੈਂ ਥਾਲੀ ਵਿੱਚ ਰੱਖ ਦਿੱਤਾ ਹੈ ਅਰਬੀ ਆਪਣੀ ਫਰਾਈ ਹੋਣ ਵਾਸਤੇ ਬਿਲਕੁਲ ਤਿਆਰ ਹੈ ਹੁਣ ਮੈਂ ਗੈਸ ਦੇ ਉੱਪਰ ਕੜਾਈ ਰੱਖੀ ਹੈ ਇਹਦੇ ਵਿੱਚ ਆਪਾਂ 4 ਕੁ ਚਮਚ ਤੇਲ ਦੇ ਪਾਵਾਂਗੇ ਤੇਲ ਤੁਸੀਂ ਇੱਥੇ ਰਿਫਾਈਂਡ ਆਇਲ ਜਾਂ ਫਿਰ ਸਰੋਂ ਦਾ ਕੋਈ ਵੀ ਯੂਜ਼ ਕਰ ਸਕਦੇ ਹੋ ਤੇਲ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਵਾਂਗੇ ਅਰਬੀ ਨੂੰ ਆਪਾਂ ਡੀਪ ਫਰਾਈ ਨਹੀਂ ਕਰਨਾ ਸਿਰਫ ਆਪਾਂ ਸ਼ੈਲੋ ਫਰਾਈ ਹੀ ਕਰਨਾ ਹੈ ਇਹਦੇ ਵਿੱਚ ਆਪਾਂ ਬਿਲਕੁਲ ਥੋੜ੍ਹੀ ਜਿਹੀ ਹਿੰਗ ਪਾਵਾਂਗੇ ਅਰਬੀ ਵਿੱਚ ਹਿੰਗ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾਲ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਅਜਵਾਇਨ ਪਾ ਦੇਵਾਂਗੇ ਚੰਮੇ ਦਾ ਚੌਥਾ ਹਿੱਸਾ ਮੈਂ ਅਜਵਾਇਨ ਪਾਈ ਹੈ ਇੰਨਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਦੋਨੋਂ ਚੀਜ਼ਾਂ ਨੂੰ ਮੈਂ ਹਲਕਾ ਜਿਹਾ ਫਰਾਈ ਕੀਤਾ ਹੈ ਹੁਣ ਆਪਾਂ ਇਹਦੇ ਵਿੱਚ ਅਰਬੀ ਪਾ ਦੇਵਾਂਗੇ ਅਤੇ ਅਰਬੀ ਪਾ ਕੇ ਆਪਾਂ 2 ਮਿੰਟ ਇਸ ਤਰੀਕੇ ਨਾਲ ਹਿਲਾਉਂਦੇ ਹੋਏ ਹੱਲੇ ਪਕਾਵਾਂਗੇ ਅਰਬੀ ਨੂੰ ਆਪਾਂ 2 ਮਿੰਟ ਹਾਈ ਫਲੇਮ 'ਤੇ ਇਸ ਤਰੀਕੇ ਨਾਲ ਪਕਾਵਾਂਗੇ ਤਾਂ ਕਿ ਅਰਬੀ ਦਾ ਜਿਹੜਾ ਮਾੜਾ ਮੋਟਾ ਵੀ ਮੌਸਰ ਹੋਏਗਾ ਖਤਮ ਹੋ ਜਾਏਗਾ ਅਰਬੀ ਨੂੰ ਮੈਂ ਹਿਲਾਉਂਦੇ ਹੋਏ 2 ਮਿੰਟ ਖੁੱਲ੍ਹਾ ਪਕਾ ਲਿਆ ਹੈ ਹੁਣ ਆਪਾਂ ਇਹਦੇ ਉੱਪਰ ਢੱਕਣ ਦੇ ਕੇ ਇਹਨੂੰ ਪਕਾਵਾਂਗੇ ਤਾਂ ਕਿ ਅਰਬੀ ਸਾਡੇ ਅੰਦਰ ਤੱਕ ਸੌਫਟ ਹੋ ਜਾਵੇ ਅਤੇ ਆਪਾਂ ਫਲੇਮ ਨੂੰ ਇੱਥੇ ਲੋ ਟੂ ਮੀਡੀਅਮ ਕਰ ਦੇਵਾਂਗੇ ਅਤੇ ਹੁਣ ਆਪਾਂ ਅਰਬੀ ਨੂੰ ਚੈੱਕ ਕਰ ਲਵਾਂਗੇ ਅਰਬੀ ਨੂੰ ਮੈਂ 2-3 ਵਾਰ ਵਿੱਚ ਹਿਲਾ ਦਿੱਤਾ ਸੀਗਾ ਅਰਬੀ ਸਾਡੀ ਜਿਹੜੀ ਹੈ ਬਿਲਕੁਲ ਅੰਦਰ ਤੱਕ ਪੱਕ ਚੁੱਕੀ ਹੈ ਅਤੇ ਕਲਰ ਵੀ ਜਿਹੜਾ ਲਾਈਟ ਜਿਹਾ ਗੋਲਡਨ ਹੋ ਗਿਆ ਹੈ ਅਰਬੀ ਅੰਦਰ ਤੱਕ ਸੌਫਟ ਹੋ ਗਈ ਹੈ ਬਾਹਰੋਂ ਕਲਰ ਚੇਂਜ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰ੍ਹਾਂ ਦੀ ਅਰਬੀ ਫਰਾਈ ਕੀਤੀ ਹੈ ਅਤੇ ਵਿੱਚ ਮੈਂ ਹਿਲਾਉਂਦੀ ਰਹੀ ਹਾਂ ਅਰਬੀ ਨੂੰ ਹੁਣ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ ਤਾਂ ਅਰਬੀ ਨੂੰ ਆਪਾਂ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਹੁਣ ਮੈਂ ਅਰਬੀ ਨੂੰ ਕੜਾਈ ਵਿੱਚੋਂ ਬਾਹਰ ਕੱਢ ਲਿਆ ਹੈ ਫਲੇਮ ਨੂੰ ਹੁਣ ਮੈਂ ਇੱਥੇ ਔਨ ਕਰ ਦਿੱਤਾ ਹੈ ਤੇਲ ਜਿੰਨਾ ਪਾਇਆ ਸੀ ਉਨਾ ਹੀ ਬਚ ਗਿਆ ਹੈ ਜੇ ਤੁਸੀਂ ਚਾਹੋ ਤੇਲ ਹੋਰ ਪਾ ਸਕਦੇ ਹੋ ਪਰ ਮੈਨੂੰ ਤੇਲ ਬਿਲਕੁਲ ਸਹੀ ਲੱਗ ਰਿਹਾ ਹੈ ਹੁਣ ਆਪਾਂ ਇਹਦੇ ਵਿੱਚ ਹੀ ਤੜਕਾ ਲਗਾਵਾਂਗੇ ਅੱਧਾ ਚਮਚ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਕੁੱਟਿਆ ਹੈ 1 ਵੱਡਾ ਚਮਚ ਅਦਰਕ ਲਸਣ ਮੈਂ ਇੱਥੇ ਕੁੱਟ ਕੇ ਪਾਇਆ ਹੈ ਅਤੇ ਅਦਰਕ ਲਸਣ ਨੂੰ ਆਪਾਂ ਹਲਕਾ ਜਿਹਾ ਗੋਲਡਨ ਹੋਣ ਤੱਕ ਫਰਾਈ ਕਰਨਾ ਹੈ
हुण दो मीडियम साइज़ के प्याज़ आपां चॉपर विच चॉप किए हैं तो आपां इहदे विच पा दिते हैं। हुण आपां इहनां नूं वी लाइट से गोल्डन होने तक फ्राई करना है तो प्याज आपां मीडियम फ्लेम से लाइट से गोल्डन होने तक फ्राई करने हैं। प्याज का कलर हल्का जहा चेंज होना शुरू हो गया है, प्याज नूं आपां चंगी तरह लाइट से गोल्डन होने तक फ्राई करना है। हुण आपां इहदे विच स्वाद अनुसार नमक पा देवांगे। नमक पाउण नाल प्याज बहुत जल्दी फ्राई हो जाता है तो कलर बहुत जल्दी गोल्डन भी हो जाता है, इस करके मैं नमक पहला ही पा दिता है। हुण आपां चंगी तरह इहनूं फ्राई कर लवांगे। प्याज विच मैं नमक ऐड किया सी, तुसीं देख सकते हो तड़का बहुत जल्दी फ्राई हो गया है, एकदम अपना गोल्डन जा प्याज फ्राई हो गया है। हुण आपां इहदे विच कश्मीरी लाल मिर्च का अद्धा चम्मच पावांगे, अद्धा चम्मच पावांगे हल्दी पाउडर, अद्धा चम्मच धनिया पाउडर पावांगे ते मसाले पा के आपां इहनूं 30 सैकेंड वास्ते फ्राई करना है, बहुत ज़्यादा फ्राई नहीं करना। तो मसालों नूं मैं 30 सैकेंड फ्राई किया है, तुसीं देख सकते हो बहुत वधिया मसाला फ्राई हो गया है। हुण आपां इहदे विच टमाटर की प्यूरी पाई है, 2-3 टमाटर मैं इत्थे लए हन तो टमाटर नूं आपां पीस के पा दिता है, नाल ही मैं 2 हरियां मिर्चां भी पीस के पा दित्तियां हन। वड्डे टमाटर तुसीं 2 लै सकते हो, टमाटर छोटे हन तुसीं 3-4 भी लै सकते हो, क्योंकि ग्रेवी वाली सब्जी विच टमाटर थोड़ा ज़्यादा पैंदा है, इस करके मैं 3 टमाटर इत्थे यूज़ किए हैं। तीनों आपां चंगी तरह भुन लवांगे, टमाटर नूं आपां तेल छड्डन तक चंगी तरह फ्राई करना है। तो टमाटर हुण बहुत वधिया तरीके नाल आपां फ्राई किया है, टमाटर ने तेल भी छड्ड दिता है। हुण आपां इहदे विच फ्राई की हुई अरबी पा देवांगे, तो अरबी नूं आपां बस हल्का जिहा मिक्सी करना है, बहुत ज़्यादा नहीं पकाउणा, क्योंकि अरबी ना आपां फ्राई किया होया है, अरबी अपने अंदर तक पक चुकी है, बहुत ज़्यादा इस तरीके ना नहीं पकावांगे। हुण आपां इहदे विच 2 कप गर्म गर्म पानी पाउणा है, पानी ठंडा बिल्कुल नहीं पाउणा, क्योंकि अपनी जिहड़ी अरबी है वह भी फ्राई की हुई है, इस करके आपां इहदे विच ठंडा पानी का यूज़ नहीं करांगे। तो गर्म गर्म पानी आपां 2 कप पाया है, तुसीं अपने हिसाब नाल इहदे विच ग्रेवी पा सकते हो। मैं सिर्फ 2 कप पानी पाया है, क्योंकि यह सब्जी आपां रसेदार जी गाढ़ी जी बना के तैयार करनी है, इस करके मैं सिर्फ 2 कप पानी दे पाए हैं। आपां इहदे विच गर्म पानी पाया है, तुसीं देख सकते हो सब्जी अपनी रिझनी शुरू भी हो गई है। इहदे उपर आपां ढक्कन दे के इहनूं सिर्फ 2-3 मिनट पकावांगे, बहुत ज़्यादा नहीं पकाउणा। सब्जी नूं मैं 3-5 मिनट पकाया है, हुण आपां ढक्कन चुक के देखते हैं, तुसीं देख सकते हो सब्जी अपनी किन्नी वधिया रिझ रही है, बिल्कुल आपां नूं इसे तरह दी चाहिए, इस तों ज़्यादा आपां गाढ़ी या पतली नहीं करांगे। बहुत ही मज़ेदार यह अपनी सब्जी बन के तैयार हो गई है। अद्धा चम्मच इहदे विच आपां गर्म मसाला पावांगे, नाल ही आपां बरीक कट्टिया हरा धनिया पा देवांगे ते हल्का जिहा मिक्स कर देवांगे। साडी रसेदार अरबी बन के बिल्कुल तैयार है, बहुत ही मज़ेदार सब्जी बनी है। हुण आपां इहनूं सर्विंग बाउल दे विच सर्व करांगे। अरबी की सब्जी बहुत ज़्यादा टेस्टी बन के तैयार हुई है, तुसीं इस सब्जी नूं एक बार बनाओगे तो बार बार बनाउण दा मन करेगा, इन्नी ज़्यादा टेस्टी बनती है। तो जिहड़े अरबी नहीं खाते वह भी खुश होकर खाणगे, बहुत ज़्यादा मज़ेदार सब्जी बन के तैयार हुई है। जिन्नी सब्जी देखण च वधिया लग रही है, खाण च उस तों ज़्यादा टेस्टी है। हल्का जिहा आपां हरे धनिए नाल डेकोरेट करांगे। गर्मा गर्म अरबी की रसेदार सब्जी बन के तैयार है, तुसीं इहनूं रोटी परांठे पूड़ी किसी भी तरीके खा सकते हो, बहुत ही मज़ेदार लगती है। तुसीं भी मेरे तरीके ना अरबी की सब्जी जरूर ट्राई करना, फिर मैनूं दसना कि तुहाडी अरबी की सब्जी किस तरह बनी। तो फिर मिलते हैं किसी इस तरह की होर टेस्टी ते डिलीशियस रैसिपी के नाल, उदों तक लई सति श्री अकाल।